ਜੈ ਸ਼੍ਰੀ ਰਾਮ ਸਾਰੇ ਭਾਈਆਂ ਨੂੰ ਆਲੀ ਦੇ ਬਈ ਖੇਤਮ ਲੈਟ ਆ ਰਹੀ ਬਈ ਟਿਲ ਚਲਾ ਦੀ ਆ ਜੀਰੀਮਾ ਦੋ ਕਿੱਲੇ ਬਈ ਆ ਰਖੜੇ ਜੋਂ ਸੇ 26 ਕੇ ਬਣੇ ਔਰ ਬੰਦੇ ਲੱਗੇ ਬਈ ਆਪਣਾ ਸਪਰੇ ਪਾ ਗੋਭੀ ਮਾ ਤੋ ਅੱਜ ਦਿਖਾਉਂ ਬਈ ਆਪ ਨੂੰ ਗੋਭੀ ਆਪਣੀ ਜਿਸ ਪਿੱਛਾ ਕਈ ਦਿਨ ਇਹ ਕਹਿਣਾ ਜੀ ਖਰਾ ਮੈਂ ਬਤਾ ਰਿਹਾ ਆਪਰ ਨੂੰ ਬਈ ਦੇਸੀ ਰਾਈ ਬ੍ਰੈਡ ਮਾ ਫਰਕ ਕਾ आप सब न्यू सोच दोगे भाई कि हफ्ता हाइब्रिड की प्रमोशन कर रहा है ओ भाई क्या बता कंपनी वाले ने आका कुछ कह दिया ओ भाई ऐसा कुछ नहीं है बिल्कुल भी नहीं एक पैसे का भी बल्कि भाई हम तो सोचा भाई जिम्मेदार का भला हुआ किसी का भाई जिस तरह मेरी गल मारा हुआ तो और किसी गल भी ना हुआ तो यो चीज है भाई अपने मन में और कुछ नहीं है तो आज दिखाऊं भाई आपनो मां आ की डोडडी कई कई फुल्ला में ਤੋ ਉਹ ਦਿਖਾਉਂ ਭਈਆ ਆਪਣੋ ਡੋਟੀ ਆਈ ਕਿਸੀ ਕਿਤਨੀ ਅਤਿਨਤ ਸੁੰਦਰ ਕਿਤਨੀ ਦੁੱਧ ਵਰਗੀ ਚਿੱਟੇ ਭਈ ਦੇਖ ਕੇ ਬੇ ਖੁਸ਼ ਹੋਵਾਂਗੇ ਆ ਕਹਿਵਾਂਗੇ ਉਹ ਦੇਖਿਓ ਬਾਕੀ ਮੇਰੇ ਤੋ ਦਿਲ ਐਸਾ ਕਰਤਾ ਭਈ ਕਿਆ ਕਰ ਦਊ ਕਿਆ ਨਾ ਭਈ ਸਮਝ ਤੇ ਬਾਹਰ ਤੋ ਚਲੋ ਇਹ ਦਿਖਾਉਂਗਾ ਆਪਣੋ ਜਾਂ ਸਿਰ ਡੋਟੀ ਆਈ ਵਿੱਚ ਮਨੋ ਇਹ ਆ ਬਈ ਆਪਣੀ ਗੋਭੀ ਵੋ ਜੌਨਸੀ ਫੇਕ ਆਪਣੇ ਬਹੁਤ ਕਹਿ ਕੁਝ ਦੀ ਕੁਝ ਹਲਣ ਵੀ ਦੇਖ ਲਓ ਭਾਈ ਕੰਮ ਨਹੀਂ ਹੈ ਕਸਰ ਨਹੀਂ ਹੈ ਕੋਈ ਲਾਣ ਮਾ ਪਰਲੇ ਵਾਲੇ ਹਾਈਬ੍ਰਿਡ ਜੌਨਸੀ ਉਸਤੇ ਤਗੜਾ ਲਾਣਾ ਹੈ ਭਾਈ ਇਸ ਕੇ ਅੰਦਰ ਭਾਈ ਆਪਨੇ ਦੇਖਿਆ ਜਦੋਂ ਬਾਰਿਸ਼ ਆਈ ਤੀ ਕਿਆ ਹਾਲਤ ਹੋਗੀ ਇਸ ਕੀ ਭਾਈ ਉਸ ਤੋਂ ਬਾਅਦ ਸਪਰੇਆ ਵੀ ਕਰੀ ਖਾਦ ਵੀ gehri ਸਭ ਚੀਜ਼ ਕਰਕੇ ਭਾਈ ਖਰਚਾ ਦੁਗਣਾ ਹੋਇਆ ਭਾਈ ਇਸ ਪੇ ਕਮਤੇ ਕਮ ਵੀ ਦੁਗਣਾ ਖਰਚਾ ਆਮ ਹਾਈਬ੍ਰਿਡ ਤੇ ਹਰ ਲਾਣ ਦੇਖੋ ਭਾਈ ਕੈਸਾ ਠਾ ਦਿਆ ਕੈਸਾ ਨਹੀਂ ਹਰ ਇਹ ਵੀ ਮੇਰੀ ਕੋਈ ਕਸੂਰ ਨਹੀਂ ਰਹਿ ਸਕਦਾ ਵੀ ਕੋਈ ਕਹਿ ਦੇਗੇ ਬਈ ਇਹ ਤਾਂ ਲਾਨ ਕਰਕਾ ਨਹੀਂ ਹੋਇਆਗਾ ਜਾਂ ਕੁਛ ਹੋ ਗਿਆ ਹੋਗਾ ਇਤਨਾ ਬੜੀ ਲਾਨ ਬਈ ਤੋ ਹਾਈਬ੍ਰਿਡ ਕਾਨੀ ਆ ਬਈ ਆਪਣੀ 40 50 ਕਾ ਵੀ ਤੋ ਚਲੋ ਦਿਖਾਉਂ ਹੀ ਬਹੁਤ ਨਡੋਡੀ ਕਹਾਂ ਨੂੰ ਆਈ ਹਾਂ ਲਓ ਬਈ ਦੇਖੋ ਇਹ ਲਾਨ ਵੀ ਦੇਖ ਲਿਓ ਬਾਈ ਯੋ ਇਸ ਸਾਈਡ ਹਾਈਬ੍ਰਿਡ ਕਿਤਨਾ ਕਿਤਨਾ ਕਲਾਨ ਹੈ ਇਸਕਾ ਛੋਟੇ ਛੋਟੇ ਸਾ ਆ ਦੇਸੀ ਗੱਲਾਂ ਨੂੰ ਦੇਖ ਲਿਓ ਵੀ ਕਿਤਨਾ ਹੋ ਰਿਹਾ ਇਸ ਟਾਈਮ ਤੋਂ ਦਿਖਾਵਾਂ ਹੀ ਬਾਪ ਤੇ ਫੁੱਲ ਦੇਸੀ ਗਾ ਰਾਈ ਬ੍ਰੈਡ ਦਾ ਫਰਕ ਜਿਸ ਪਿੱਛਾ ਚੀਜ਼ ਬਈ ਮੈਂ ਰੋਂ ਜਿਸ ਚੀਜ਼ ਪਿੱਛਾ ਮੰਨੂ ਮਾਖਤਾ ਵਾ ਬਈ ਹਾਂ ਮੇਰੀ ਗੋਭੀ ਕੈਸੀ ਹੋਣੀ ਸੀ ਯਾਰ ਕੈਸੀ ਐ ਤੋ ਲਓ ਬਈ ਦੇਖੋ ਕਰੋ ਦਰਸ਼ਨ ਲਓ ਬਈ ਉਹ ਫੁੱਲ ਇਸਕੇ ਵਿੱਚ ਮਾ ਸਾਰੇ ਮਾ ਪੱਤੇ ਇਹ ਬਤਾਓ ਬਈ ਇਸ ਮਾ ਪੱਤੇ ਵਾਲੇ ਨੂੰ ਇਸ ਨੂੰ ਲੇਵਾ ਕਾ ਕੋਣ भई हम अपने घर जुगी सब्जी लेवा भाई इतनी महंगी लेंगे इस टाइम की मान ले गोभी का रेट ठीक होगा महंगी रहा तो यो लेंगे क्या भाई हम कोई भी लेने का भाई ठीक है और दूसरा इसमें वजन भाई है ही नहीं और इसका साइड में पत्ता ही नहीं जमी भी थोड़ा थोड़ा सा है। यो देखो भाई फिर एक और फूल यो डोड्डी छोटी सी इसमें ही भाई बीच में पत्ता रहा देखो यो इसमें भी बीच में पत्ता रहा डोडी वो मान रहे साफ़ है ਠੀਕ ਹੈ ਥੋੜੀ ਜਿਹੀ ਸਾਫ ਹੈ ਪਰ ਇਸ ਕਾ ਸਾਈਡ ਮਾ ਪਤਾ ਨਹੀਂ ਬਾਈ ਇਸ ਤੇ ਉੱਪਰ ਯੋ ਰੋਡ ਨਹੀਂ ਹੁੰਦੀ ਇਸ ਤੇ ਉੱਪਰ ਮੁਸ਼ਕਲ ਹੀ ਹੋਆ ਗਿਆ ਔਰ ਚਲੋ ਇਹ ਦਿਖਾਉਂ ਆਪ ਨੂੰ ਇੱਕ ਹੋਰ ਫੁੱਲ ਹੋਆ ਬਈ ਥੋੜੀ ਸ਼ੱਕਾ ਵੀ ਮੈਂ ਸਾਰੇ ਮਾ ਤੋਂ ਗੁੰਮ ਮੈਂ ਜਿੰਨੇ ਕ ਮਾ ਗੁੰਮ ਮੈਂ ਜਾਂ ਜਾਣ ਨੂੰ ਮਨ ਨੂੰ ਯੋ ਥੀ ਉਮੀਦ ਥੀ ਬਈਆਂ ਨੂੰ ਰੋਟੀ ਬਣ ਗਿਆ ਕਿ ਸ਼ਾਇਦ ਬਈ ਤੋ ਦੇਖੋ ਬਈ ਸਾਰੇ ਮਾ ਕਿਸੇ ਮਾ ਵੀ ਦਿਖਾਦੀ ਹਾਂ ਵੱਡੇ ਤੇ ਵੱਡੇ ਮਾ ਦਿਖਾਦੀ ਲੈਓ ਬਈ ਕੁਛ ਨਹੀਂ ਐਡੇ ਵੱਡੇ ਲਾਣਾ ਮਾ ਇਸ ਮਾ ਵੀ ਕੁਛ ਨਹੀਂ ਬਈ ਬੀ ਠੀਕ ਹੈ ਇਸ ਮਾ ਵੀ ਕੁਛ ਨਹੀਂ ਹੈ ਬਈ ਬੀ ਤੋ ਡੋਡੀ ਬਣਾ ਕੇ ਕਿਸ ਟਾਈਮ ਜਾ ਖੱਲਿਆ ਹੋਈ ਉਹ ਵੀ ਦਿਖਾ ਦਿਓ ਬਈ ਇਸਮਾ ਵੀ ਕੁਛ ਨਹੀਂ ਇਤਨਾ ਲਿਫਟ ਆ ਰਿਹਾ ਅਰੇ ਡੋਡੀ ਕੁਛ ਨਹੀਂ ਖਾਲੀ ਲੈਓ ਵੀ ਕਰੋ ਦਰਸ਼ਨ ਫਿਰ ਇੱਕੁਰ ਕੇ ਲੈਓ ਬਈ ਜੋ ਵੀ ਦੇਖ ਲਓ ਬਈ ਕਿਆ ਫੁੱਲ ਕਿਆ ਨਹੀਂ ਕਿਆ ਬਿਕਾ ਗਾਇਓ ਕਿਆ ਕਰਾਂਗੇ ਇਸ ਗਾਸ ਬਨ ਜਾਗਾ ਭਈ ਉਹ ਤੋ ਇਹ ਗਾਸ ਮਨ ਜਾਗਾ ਯਾ ਤੋ ਯਾ ਖੇਤ ਕੀ ਬੋਈ ਮੈਂ ਜਾਗਾ ਯੁਹੀ ਅਰੇ ਇਸਪਾ ਸਾਈਬ੍ਰਿਡ ਹੈ ਫਿਰ ਹਾਈਬ੍ਰਿਡ ਵੀ ਦਿਖਾ ਦਿਉ ਆਪ ਨੂੰ ਠੀਕ ਹੈ ਭਈ ਹਾਈਬ੍ਰਿਡ ਮਾਰ ਦੇ ਸੀਮਾ ਫਰਕ ਕੀਆ ਕਿਉਂ ਮੈਂ ਜੀਖ ਰਿਹਾ ਕਿਉਂ ਮੈਂ ਕਹਿ ਰਿਹਾ ਭਈ ਦਵਾਰ ਤੇ ਮੇਰੇ ਜ਼ਿਕਰ ਕੋਈ ਵੀ ਨਾ ਫਸਿਓ ਭਈ ਇਸਮਾ ਸਭ ਤੋਂ ਮੇਨ ਬਾਤ ਤੋਂ ਦੇਖ ਲਓ ਪਹਿਲਾ ਫੁੱਲ ਚਿੱਟਾ ਅਰਸ ਪੱਤਾ ਪੂਰਾ ਢਕੇਆ ਕਵਰ ਅਗਲਾ ਗਿੱਲੋ ਪੜੀ ਅਗਲਾ ਵੀ ਦੇਖ ਲਓ ਭਈ ਅਗਲੇ ਮੈਂ ਵੀ ਡੋਡੀ ਆ ਰਹੀ ਇਤਨੀ ਬੜੀ ਠੀਕ ਹੈ ਉਸਤੇ ਅਗਲੇ ਮੈਂ ਵੀ ਡੋਡੀ ਆ ਰਹੀ ਭਈ ਅਰੇ ਉਸਤੇ ਅਗਲੇ ਮਹੀਆ ਬਈ ਠੀਕ ਹੈ ਇਸ ਮਹੀ ਬਈ ਸਾਰੇ ਮਹੀਨੇ ਬੱਡੇ ਤੇ ਡੋਡੀ ਆ ਰਹੀ ਅਰੇ ਸ਼ਨੀਵਾਰ ਨੂੰ ਜਾਂ ਐਤਵਾਰ ਨੂੰ ਇੱਕ ਦੋ ਦੋ ਚਾਰ ਦਿਨਾਂ માં ਕਟਾਈ ਵੀ ਲੱਗ ਜਾਏਗੀ ਬਈ ਸ਼ਿਕੰਦਰ ਅਰੇ ਹਾਂ ਇੱਕ ਹੋਰ ਚੀਜ਼ ਦਿਖਾ ਦੂੰ ਆਪ ਤੇ ਇਸ ਗੋਭੀ માં ਚਤ ਲਗਾਈ ਥੀ ਉਹ ਬਾਰਿਸ਼ ਪੜ ਗਈ ਥੀ ਬਈ ਬਾਰਿਸ਼ ਤੇ ਬਾਅਦ ਇਸ ਮਾ ਕੁਛ ਪੱਡੇ ਮਰ ਗਏ ਤੇ ਤੋਂ ਉਸ ਦੀ ਜਗ੍ਹਾ ਪੱਡੇ ਮਰੇ ਕੇ ਜਗ੍ਹਾ ਪੱਡੇ ਲਗਾਣੇ ਹਸਤਾ ਈਸੀ ਗੇਲ ਕੀ ਪੌਦੇ ਲਗਾਏ ਤੇ भई चाली क्या बनी है, बी चाली क्या बनी है, वो पौध मिला मिलागी तो बीच में लगा देंगे हालांकि वो भी बस वही, सेम टू सेम देसी है ठीक है कई बंदे कह देंगे भाई खेत का भी फर्क हो उसका भाई खेत के फर्क कर का नहीं हो यो योगी या हो जा भाई इंगा भी देख लो फिर आजो इंगा ही भाई कई देसी के पेड़ हैं जैसे कि यो इसमें बीच में पत्ता रहा ठीक है और एक और देखे तो भाई हाँ लो ਇਸਮਾ ਲੱਗੇ ਹੈ ਭਈ 16000 ਪੱਡੇ ਵਿੱਚ ਮਾ ਲੈ ਕਰ ਲਿਓ ਯਾਹਾਂ ਵੀ ਦਰਸਨ ਦੇਸੀ ਕੇ ਵਿਚ-ਵਿਚ ਵਿੱਚ ਮਾ ਭਈ ਇਸਮਾ ਵੀ ਦੇਸੀ ਲੱਗੀ ਹੈ ਜਿੱਕਰ ਕੋਈ ਛੰਟਾਈ ਕਹਦੇ ਕੋਈ ਸੰਠਾਈ ਕਹਦੇ ਆਪਣਾ ਕੋਈ ਪੱਡੇ ਕਿ ਜਗ੍ਹਾ ਪੱਡਾ ਮਰ ਜਾ ਲਗਾਵਾ ਦੂਸਰਾ ਲਿਆ ਕਈ ਹੈ ਇਹ ਹੈ ਭਈ ਹਾਈਬ੍ਰਿਡ ਇਹ ਹੈ ਭਈ ਪੂਰਾ ਕਵਰ ਹੋਇਆ ਮੇਨ ਹਾਈਬ੍ਰਿਡ ਕਾ ਹੋਇਆ ਪੱਤੇ ਦੀ ਪਛਾਣ ਹੋ ਜਾ ਭਾਈ ਪੱਤੇ ਕਾ ਰੰਗ ਹੀ ਲਗੋਆ ਕਸ਼ਕਾ ਦੇਸੀ ਕਾ अलग ही रंग होगा तो ही बताओ भाई क्या करया जा क्या ना मैं तो भाई सुनन नुकसान हो लिया तीन किले लगा रखे भाई मैंने अस्पताल लेके आए तीन किले में तो ना ना कर दे भाई कै लाख रगड़ा लगेगा मेरा वो कुछ क्या नहीं जा सकता भाई हां बाकी वो जा भाई पहली कटाई की मैं बाट देख रहा भाई कैसी निकलेगी कैसी नहीं उसके बाद भाई अगली वीडियो में मैं उसका फोन नंबर विजिटिंग कार्ड सहित नर्सरी का प्रॉपर एड्रेस तक सब चीज़ पाऊँगा भाई ए टू जेड क्यों भाई एक मेरे गाँव में ही एक बंदे गए और धोखा कर लिया उसने पहला पिछले साल मैं फर्स्ट टाइम गया भाई उसके पास आज तक का पौध लेना फर्स्ट टाइम मैं धोखा तो भाई और के गिलो मेरे गौ में एक गिलो पहला कर रखा तो भाई क्या बता भाई कितने जमींदारा के लिए कर दोगा ਉਹ ਤਾਂ ਇਹ ਹੀ ਬਾਤ ਹੋ ਗਈ ਬਸ ਆਪਣਾ ਆਪਣਾ ਮਤਲਬ ਦੇਖ ਰਿਹਾ ਭਾਈ ਆਇਆ ਜ਼ਿਮੀਂਦਾਰ ਹਾਂਜੀ ਹਾਂਜੀ ਇਹ ਜੀ ਉਹ ਮਿਲ ਜੇਗੀ ਜੀ ਆਪ ਨੂੰ 80 ਪੈਸੇ 70 ਪੈਸੇ ਵਹੀ ਦੇਸੀ ਭਾਈ 80 ਪੈਸੇ ਵਹੀ ਦੇਸੀ ਜਦਕਿ 40 ਪੈਸੇ ਤੱਕ ਮਿਲਦਾ ਭਾਈ ਹਾਈਬ੍ਰਿਡ ਦਾ ਨਾਮ ਲੇਗਾ ਵਹੀ ਲੋਕਾਂ ਨੂੰ ਛੇਪ ਰਿਹਾ ਇੱਕ ਤੋਂ ਪਹਿਲਾਂ ਪੌਦਿਆਂ ਹੀ ਪੈਸੇ ਫालतੂ ਫਿਰ ਚਤ ਲਗਾਵਾਗਾ ਬੰਦਾ ਫਿਰ ਦੁਬਾਰ ਤੇ ਰੋਗਾ ਰੋ ਬੰਦਾ ਇਹ ਪਤੇ ਪੈਸੇ ਜੋ ਫालतू ਲੈ ਰਿਹਾ ਚੀਜ਼ ਤੋਂ ਕੁਆਲਟੀ ਕੀ ਦੇ ਦੇ ਉਹਨੂੰ ਜਦ ਅੱਛੇ ਪੈਸੇ ਲੈ ਰਿਹਾ ਤਾਂ ਪ੍ਰੋਪਰ ਲੈ ਰਿਹਾ ਆਪਣੇ ਕੋਈ ਪੈਸਾ ਨਹੀਂ ਛੋੜ ਰਿਹਾ ਨਾ ਜ਼ਿੰਮੇਵਾਰ ਤੇ ਪੱਤ ਛਟਵਾ ਰਿਹਾ ਤਾਂ ਉਸਕੇ ਪ੍ਰੋਪਰ ਪੈਸੇ ਕ ਅਕ ਕਿਣਾ ਫਰਜ਼ ਬੈਠਾ ਬਈ ਅੱਛੀ ਬੋਧ ਦੇਗਾ ਕਰਾ ਪੂਰਾ ਯੋਨ ਇਹ ਬਈ ਆਪਣਾ ਦੇਸ਼ੀ ਚੇਪ ਦੀ ਆ ਕੁਛ ਵੀ ਕਰਦੀ ਆ ਇਹ ਬਤਾਓ ਬਈ ਮਨਿਆ ਜੋ ਸੱਚਾ ਤਾਂ ਵੋਨੀ ਉਹਨੇ ਕ ਪਹਿਲੀ ਵਾਰ ਤਾਂ ਮਨਿਆ ਜੋ ਸੱਚਾ ਤਾਂ ਬਈ ਇਸ ਟਾਈਮ ਕੋ ਵੀ ਗਰੇਟ ਤੇਜ ਰਹਾ ਹਰ ਸਾਲ ਰਹਾ ਬਈ ਹਰ ਸਾਲ ਲਗਾਉ ਮੈਂ ਹਰ ਸਾਲ ਲਗਾ ਰਿਆ ਕਮਤੇ ਕੰਬੀ ਮੰਨੂ ਹੋ ਗਏ 8-10 ਸਾਲ ਕੇ ਆਸ-ਪਾਸ ਹੋ ਗਏ ਬਈ ਇਸ ਟਾਈਮ ਕੇ ਕੋਬੀ ਲਗਾੰਦੇ ਨੂੰ ਹਾਲਾਂਕਿ ਹਰ ਬਾਰ ਲਗਾਉ ਮੈਂ ਆਪਣੀ ਪਨੀਰੀ ਤਿਆਰ ਕਰ ਕਾ ਇਹ ਵੀ ਕਿ ਬਾਰ ਬਸ ਬਾਤ ਹੀ ਹੋ ਗਈ ਬਈ ਆਪਣੀ ਪੌਦ ਪਾਨੋ ਫਲੜਾ ਕਾ ਪਾਣੀ ਫਿਰ ਗਿਆ ਸੜਕਾਂ ਕੇ ਉੱਪਰ ਨੂੰ ਪਾਣੀ ਹੋ ਗਿਆ ਤੋ ਪੌਦ ਤੋ ਬਈ ਕਾਹਾਂ ਤੇ ਬਚਦੀ ਬਸ ਯੋ ਚੱਕਰ ਹੋਇਆ ਬਈ ਉਹ ਮਰ ਗਈ ਤੋ ਮੋਲ ਕੇ ਲਗਾਣੀ ਪੜਗੀ ਐਨੀ ਬਈ ਬਹੁਤ 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 ਕਮ ਚਾਂਸਸ ਹਵਾ ਬਈ ਮੈਂ ਮੋਲ ਕੀ ਪੌਦਲੇ ਕਾ ਯਮੋਲ ਕੀ ਪੋਦਲੇ ਕਾਉ ਤਾਂ ਆਪਣੇ ਜਾਣਕਾਰ ਪਤਲੇ ਕਾਉ ਬਈ ਜਿਸ ਪਤੇ ਪਤਾ ਬਈ ਮਨੂੰ A to Z ਪ੍ਰੋਪਰ ਜੋ ਚੀਜ਼ ਕਹਾਗਾ ਵਹੀ ਚੀਜ਼ ਮਿਲਾਗੀ ਇੱਕ ਪੈਸੇ ਕਾ ਤੋਂ ਖਦੜੀ ਨਹੀਂ ਹੁੰਦੀ ਔਰ ਜਬ ਕਿ ਅਗਲਾ ਫਿਰ ਲਿਆ ਜਮ ਆਪਣੇ ਮਾਂ ਪੈਸੇ ਵੀ ਸਸਤੇ ਲਗਾਵਾਗਾ ਬੋਧ ਦਾ ਰੇਟ ਵੀ ਕਮ ਲਗਾਵਾਗਾ ਔਰ ਕਈ ਵਾਰ ਐਸਾ ਬਈ ਉਹ ਬਈ ਫਗੜਾ ਵੀ ਜਾਖੇ ਇਤਮਈਆ ਕਾ ਤੋ ਇਹ ਬਤਾਓ ਬਈ ਇਸ ਕਾ ਕੀ ਕਰਿਆ ਜਾ ਕਾ ਨਹੀਂ ਪਹਿਲਾਂ ਹੀ ਇੱਕ ਗਿਲ ਦੁੱਖ ਕਰ ਲਿਆ ਇਹ ਮੇਰੀ ਗਿਲ ਬਿਓ ਲਿਆ ਕਿਆ ਤਬਾਈ ਕਿਸ਼ੋਰ ਜ਼ਿਮੀਂਦਾਰ ਗੇਲ ਵੀ ਹੋਇਓ ਇਹ ਕੁਛ ਕਹਿ ਨਹੀਂ ਜਾ ਸਕਦਾ ਇਹ ਵੀ ਕਟਾਈ ਦੇਖਾਂਗੇ ਬਈ ਕੈਸੀ ਹੋਵਗੀ ਇਸਕੀ ਕਦਨੋਂ ਚੱਲੇਗੀ ਕਦਨੋਂ ਨਹੀਂ ਇਸ ਤੋਂ ਬਾਅਦ ਲਗਾਣੀ ਸੀ ਇਸਮ ਸ਼ਿਮਲਾ ਮਿਰਚ ਆਪਣੀ ਉਹ ਪਨੀਰੀ ਆਪ ਨੂੰ ਦਿਖਾਈ ਦੀ ਬਹੀ ਹੋਈ ਤੋਂ ਉਸ ਤੋਂ ਬਾਅਦ ਇਸ ਤੋਂ ਬਾਅਦ ਲਗਾਣੀ ਸੀ ਬਈ ਸ਼ਿਮਲਾ ਮਿਰਚ ਆਪਣੀ ਲੋ ਟਨਰਦਮਾ ਪਿਛਲੇ ਸਾਲ ਵੀ ਲਗਾਈ ਸੀ ਬਈ ਉਹ ਤੋਂ ਅੱਛਾ ਰਿਸਪੌਂਸ ਹੈ ਬਈ ਉਸਕਾ ਵੀ ਤੋ ਇਹ ਚੱਕਰਮਾ ਭਾਈ ਸਲਾਤ ਹੀ ਹੈ ਵੀ ਇਸ ਟਾਈਮ ਕੀ ਗੋਭੀ ਲਗਾ ਕਾ ਉਸ ਤੋਂ ਬਾਅਦ ਸ਼ਿਮਲਾ ਮਿਰਚਾਂ ਕੀ ਲਗਾ ਲੂੰਗਾ ਆਪਣਾ ਤੋ ਇਹ ਭਾਈ ਚਲਾ ਗਿਆ ਲੇਟ ਕਦ ਨੂੰ ਖੱਲੀ ਹੋਗਾ ਫਿਰ ਵਹੀ ਬਾਤ ਆ ਜਾਗੀ ਕਦ ਨੂੰ ਇਸਮਾ ਸ਼ਿਮਲਾ ਮਿਰਚਾ ਲਗਾ ਗੀ ਕਦ ਨੂੰ ਫਿਰ ਉਸਕੀ ਗਰੋਥ ਹੋਗਾਗੀ ਅਗਾ ਟਾਈਮ ਆ ਜਾਗਾ ਆਪਣਾ ਪਰ ਤਾਂ ਸਰਦੀਆਂ ਕਾ ਆਈ ਗਿਆ ਭਾਈ ਸਰਦੀਆਂ ਕਾ ਟਾਈਮ ਤੋ ਆਈ ਗਿਆ ਤੋ ਇਹ ਦੇਖੋ ਭਾਈ ਕਿਆ ਬਣਗਾ ਕਿਆ ਨਹੀਂ ਪਰ ਯੋ ਬਾਤ ਹੈ ਬਈ ਮੈਨੂੰ یوں ਛੋੜਨੇ ਵਾਲਾ ਨਹੀਂ ਹੈ ਜਹਾਂ ਤੱਕ ਜੋ ਮੇਰਾ ਪੈਰ ਚੱਲੇਗਾ ਜਹਾਂ ਤੱਕ ਮੇਰੇ ਪਾਸ ਜੋ ਕੁਛ ਹੋ ਸਕਗਾ ਉਸਕਾ ਉਹ ਕਰੂੰਗਾ ਹੀ ਕਰੂੰਗਾ ਮੈਂ ਤੋ ਸਰ ਕਰੀਓ ਬਈ ਆਪਣਾ ਜਿਸ ਪਤੇ ਵੀ ਨਰਸਰੀ ਕੀ ਪੌਦ ਲੈ ਕਾਵਾ ਕੋਈ ਵੀ ਜ਼ਿੰਮੇਦਾਰ ਕਹੀਂ ਮਰਜੀ ਤੇ ਲਿਓ ਤੋ ਆਪਣਾ ਬਈ ਥੋੜਾ ਸੋ ਸਾਵਧਾਨੀ ਤੇ ਲਿਓ ਆਪਣਾ ਕਹਿ ਕਰ ਲਿਓ ਔਰ ਇੱਕ ਰਾਏ ਬਸ ਇਹੀ ਹੈ ਬਈ ਦੇਸੀ ਕਮ ਤੱਕ ਮ ਲਗਾਣਾ ਪਸੰਦ ਕਰੋ ਬਈ ਹਾਈਬ੍ਰਿਡ ਲਗਾਓ ਫੂਲ ਵੀ ਬੜੀਆ ਫੂਲ ਮਾ ਵਜਨ ਵੀ ਬੜੀਆ ਵਿਕਣੇ ਮੈਂ ਵੀ ਬੜੀਆ ਸਭ ਚੀਜ਼ ਮੈਂ ਮਤਲਬ ਕਿ ਆਪ ਨੂੰ ਮਜ਼ਾ ਆਵਾਗਾ ਚਾਹੇ ਰੇਟ ਕੁਛ ਮਰਜੀ ਹੋ ਉਹ ਅਲੱਗ ਮੈਟਰ ਹੈ ਵੀ ਰੇਟ ਕਮ ਜ਼ਿਆਦਾ ਮੰਡੇਗਾ ਆਪ ਨੂੰ ਪਤਾ ਹੈ ਕਦੀ ਰੁਪਈਆ ਕਿਲੋ ਵੀ ਨੀ ਕੋਈ ਪੁੱਛਦਾ ਠੀਕ ਹੈ ਕਦੀ ਅੱਛੇ ਰੇਟ ਵਿਕ ਜਾ 40 ਰੁਪਏ 45 ਰੁਪਏ ਵਿਕ ਜਾ ਵੀ ਕਈ ਵਾਰ ਤੋਂ ਇਹ ਵੀ ਮੇਰਾ ਕਮ ਤੋਂ ਕਮ ਵੀਨ 3 ਕਿੱਲੇ ਮੈਂ ਉਸ ਕੀ ਪੋਧ ਕਰਾ ਨਾ ਨਾ ਕਰਦੇ ਹੋ जो मेरा एस्टीमेट है पाँच लाख प्लस नुकसान है भाई मेरा तो वो कौन पूरा कर देगा भाई वो कर देगा क्या करो नहीं सकता और पाँच लाख गोभी में कटेंगे उसके बाद मिर्चा की लगाई होगी उसका पेड़ की ग्रोथ ना हुई उसमें भी कटेंगे भाई उसमें भी खिचड़ होगी नंबर दो बात सब मेन खर्चा इतना कर लिया भाई दुगुना तो अब क्या कराया जा क्या नहीं ਆਪਣੀ ਤਾਂ ਸਮਝ ਤੇ ਬਾਹਰ ਹੋ ਰਿਹਾ। ਤਾਂ ਚਲੋ ਆਪ ਆਪਣਾ ਦੇਕਾ ਪੋਦ ਲੀ ਗਰੋ ਬਈ ਕਹੀਂ ਤੇ ਵੀ ਲਿਓ। ਕਿਸੇ ਵੀਨਰ ਸ੍ਰੀਪਤ ਲਿਓ ਅਗਲੇ ਨੂੰ ਕਹਿ ਕਾ ਸਪਸ਼ਟ ਲਿਓ ਬਈ। ਤਾਂ ਚਲੋ ਮਿਲਾਂਗੇ ਬਈ ਅਗਲੇ। ਦੇਖਾਂ ਜੀ ਹੋਰ ਕੁਝ ਕੰਮ ਕਰਾਂਗੇ। ਇਹ ਵੀ ਸਵੇਰ ਦਾ ਟਾਈਮ ਹੈ ਸਵੇਰ ਸਵੇਰਾ ਆਇਆ ਤਾਂ ਬਈ ਖੇਤਾਂ ਮ। ਤੋਂ ਉਸ ਦੇਖੋ ਬਈ ਪੜੀ ਹੋਈ ਐ। ਆਪਣੇ ਤੇ ਬਈ ਕੋਈ ਕਸਰ ਨਹੀਂ ਛੋਡੀ ਲਾਣਵਾ ਵੀ। ਲਾਣ ਵੀ ਦੇਖੋ ਵੀ ਕਿੱਡਾ-ਕੱਡਾ ਹੋ ਗਿਆ ਵਿੱਚੋਂ ਚਲ ਕੇ ਵੀ ਦਿਖਾ ਦਿੰ। ਲੋ ਵੀ ਡੱਡ ਲਾਣੂ ਰਿਹਾ। ਜਾਂ ਹਾਂ-ਹਾਂ ਤੱਕ ਲਾਣਾ ਰਿਹਾ ਆਪਣਾ। ਤੇ ਇਲਾਣਾਂ માં ਭਾਈ ਕੋਈ ਕਸਰ ਨਹੀਂ ਛੋਡੀ। ਆਪ ਦੇਖੀ ਸਕਾ ਸਾਰਾ ਖੇਤ ਭਰਿਆ ਹੋਇਆ। ਤੇ ਚਲੋ ਭਾਈ ਮਿਲਤੇ ਹਾਂ। ਇਹ ਵਗ ਦਾ ਕੰਮ ਦੇਖਾਂਗੇ ਭਾਈ ਕੀ ਕਰਾਂਗੇ। ਅੱਜ ਕਰਨ ਲੱਗ ਰਿਹਾ ਭਾਈ ਬੰਦੇ ਸਪਰੇਅ ਆਪਣਾ ਗੋਬੀ માં ਗਰੋਥ ਕੀ। ਲੱਗੇ ਭਈਏ 1 2 3 ਅਰੇ ਭਾਈ ਯੋ ਨਾ ਸੋਚਿਓ ਭਈ ਹਰ ਰੋਜ ਗਰੋਥ ਕੀ ਸਪਰੇ ਕਦੀ ਕਿਸੇ ਕੀ ਸਪਰੇ ਭਈ ਕਹਿਣਾ ਨਿਉ ਸੋਚਾਂ ਭਈ ਕਦੀ ਜ਼ਹਿਰ ਜ਼ਹਿਰ ਨਰਲਾ ਜ਼ਹਿਰ ਗਿੱਲੋ ਤਿਆਰ ਕਰ ਰਿਹਾ ਹਾਂ ਐਸਾ ਕੁਛ ਨਹੀਂ ਹੈ ਭਈਓ ਹਮ ਕਰਾਂ ਭਈ ਤਗਣ ਤਗਣ ਸਾਰੀ ਦਵਾਈਆਂ ਆਪਨੂੰ ਪਹਿਲੇ ਬਿਤਾ ਰੱਖਿਆ ਭਈ ਜਾਂ ਤੋ ਜਿੰਨ ਕਾ ਪੀ ਐਚ ਠੀਕ ਹੋਆ ਠੀਕ ਹੈ ਜਾਂ ਫਿਰ ਭਈ ਜੋਨ ਸਿਵਾ ਬਾਇਓਮਾ ਤੋ ਯੋ ਹੈ ਭਈ ਬਾਇਓਮਾਈ एसए ग्रोब लूम के नाम ते आओ भईयो श्री सरस्वती की है ठीक है भाई तो हम ज्यादातर भईयो करा ग्रोथ की स्प्रे क्यों इस समय भई कोई केमिकल बेस नहीं आए हो यो, यो है बायो के अंदर इसका कोई साइड इफेक्ट नहीं होता कोई कुछ नहीं होता भाई इस कर काय इस नु हफ्ते में एक या दो बार भी कर दे भई हम कई बार मान लो जद भी टाइम सका या तो यो अभी बंदे फ्री हैं काम ज्यादा नहीं होता या फिर ਜਾਂ ਫਿਰ ਉਹ ਦੇਖਾ ਵੀ ਗ੍ਰੋਥ ਨਹੀਂ ਅੱਛੀ ਚੱਲ ਰਹੀ ਤੋ ਚੱਦ ਔਰ ਕਈ ਜ਼ਿੰਮੇਦਾਰ ਫਿਰ ਭਾਈ ਜੋ ਨਾ ਸੋਚੇ ਭਾਈ ਪ੍ਰਮੋਸ਼ਨ ਨਾ ਭਾਈ ਐਸਾ ਕੁਛ ਨਹੀਂ ਆਪਣੇ ਜ਼ਿੰਮੇਦਾਰਾਂ ਨੂੰ ਭਾਈ ਅੱਛੀ ਸਲਾਹ ਦੇਣੀ ਭਾਈ ਜਿਸ ਤੇ ਉਹਨਾਂ ਕੰਮ ਤੇ ਕੰਮ ਖਰਚਾ ਹੋਆ ਚੀਜ਼ ਪਾ ਤਿਆਰ ਕਰਨੇ ਮਾ ਔਰ ਭਾਈ ਸਾਰੇ ਹੀ ਭਾਈ ਬਾਤਾਂ ਕੀ ਮਿਹਨਤ ਕਰਾਂ ਭਾਈ ਪ੍ਰੋਫਿਟ ਔਰ ਇੱਕ ਕੋਈ ਚਾਹ ਭਾਈ ਹਾਂ ਅੱਛੇ ਆਮਦਨੀ ਹੋਆ ਘਰ ਦੇ ਖਰਚੇ ਆਪ ਨੂੰ ਪਤਾ ਹੀ ਹੈ ਭਾਈ ਕਿਤਨੇ ਬੜਦੇ ਜਾ ਰਹੇ ਸਾਰਿਆਂ ਕੇ ਤੋ ਇਸ ਕਰਕੇ ਭਾਈ ਮੈਂ ਇਹ ਚਾਹੂੰ ਭਾਈ ਆਪਣਾ ਜ਼ਿੰਮੇਦਾਰ ਕਾ ਕਿਸੇ ਦਾ ਨਕਸਾਨ ਨਵਾ ਤੋਂ ਸਾਰੇ ਆਪਣਾ ਭਾਈ ਕਿਸਾਨਾਂ ਭਾਈ ਯੂਜ਼ ਇਸ ਨੂੰ ਅਰੀਸੀ ਤਰ੍ਹਾਂ ਭਾਈ ਕਿਹੜੇ ਕੇ ਵੀ ਇੱਕ ਬਾਇਓ ਕੇਂਦਰੀਆ ਵਾ ਤੋਂ ਅਮ ਤੱਕ ਉਸ ਨੂੰ ਯੂਜ਼ ਕਰਾਂ ਜ਼ਿਆਦਾ ਫੇਮ ਕੀ ਵੀ ਫੇਮ ਵੀ ਹੈ ਰੋ ਉਹ ਵੀ ਅਰੇ ਯੋ ਭਾਈ ਐਸੀ ਕੰਪਨੀ ਆਏ ਹੋ ਜੋ ਬਾਇਰ ਕੀ ਦਵਾਈਆਂ ਯਹੀ ਮੈਨੂਫੈਕਚਰਿੰਗ ਕਰਾ ਭਾਈ ਲੇਵਲ ਸਿਰਫ ਬਾਇਰ ਕਾ ਲਗਾ ਪਰ ਮੈਨੂਫੈਕਚਰਿੰਗ ਯੋ ਕਰਾ पैकेजिंग यो करा तो पिछले साल आई थी भाई वो मार्केट में तो हमारे पास भी आ गई थी वो तो इस करके भाई पिछले साल से रिज़ल्ट देखा भाई इसका बहुत बहुत भाई बहुत बढ़िया रिज़ल्ट है इसका कोई ज़्यादा महंगी कॉस्ट नहीं पड़ती इसकी यो सी सी एक ढाई सौ एम एल की एक किले की पड़ा और बढ़िया रिज़ल्ट है भाई ग्रोथ हर एक चीज़ में मार सको आप किसी भी चीज़ में यहाँ तक कि भाई जीरी में भी ग्रोथ हस्ते भी हो जाएगा तो चलो भाई ਮੇਰਾ ਫਰਜ਼ ਥਾ ਆਪ ਨੂੰ ਬਤਾਣਾ ਤਾਂ ਬਤਾ ਦਿਆ ਕੋਈ ਗਲਤ ਨਾ ਸੋਚਿਓ ਭਾਈ ਕਦੀ ਸੋਚਿਆ ਪ੍ਰੋਮੋਸ਼ਨ ਕਰ ਰਿਹਾ ਫਿਰ ਵਹੀ ਬਾਤ ਹੈ ਕਿ ਕੁਝ ਨਹੀਂ ਹੈ ਭਾਈ ਐਸਾ ਆਪਣਾ ਤਾਂ ਭਾਈ ਮੇਰਾ ਫਰਜ਼ ਹੈ ਬਸ ਆਪ ਨੂੰ ਬਤਾਣਾ ਭਾਈ ਅੱਛੀ ਚੀਜ਼ ਹਸਤੇ ਜੋ ਆਪਕੇ ਪਾਸ ਕੋਈ ਅੱਛੀ ਜਾਣਕਾਰੀ ਹੋ ਤਾਂ ਆਪ ਵੀ ਸ਼ੇਅਰ ਕਰ ਸਕਾਂ ਭਾਈ